ਆਪਾਂ ਸਾਰੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਕਲਯੁਗ ਦੀ ਸ਼੍ਰੋਮਣੀ ਭਗਤੀ ਕੀਰਤਨ ਨੂੰ ਸਰਵਣ ਕਰਨ ਵਾਸਤੇ ਤਿਆਰ ਬਰ ਤਿਆਰ ਹਾਂ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਜੀ ਆਪ ਜੀ ਨੂੰ ਬਹੁਤ ਹੀ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਸੁਣਾ ਕੇ ਨਿਹਾਲ ਕਰ ਰਹੇ ਸਨ। ਸਤਿ ਸੰਗਤ ਜੀ, ਗਿਆਨੀ ਮਾਨ ਸਿੰਘ ਜੀ ਚੌਰ ਸਾਹਿਬ ਜੀ ਨੇ ਬਹੁਤ ਹੀ ਸੁੰਦਰ ਇੱਕ ਵਾਰ ਪੰਕਤੀਆਂ ਪੜ੍ਹ ਕੇ ਸੁਣਾਈਆਂ। ਇਹ 'ਚ ਵੀ ਬੇਸ ਥੋੜ੍ਹਾ ਜ਼ਿਆਦਾ, ਮਿਡ ਵਧਾਓ। ਵਾਹਿਗੁਰੂ। ਉਹ ਕਹਿੰਦੇ ਸੀ, ਕਹਿੰਦੇ ਕੀਰਤਨ ਆਹੇ ਮੇਘ ਕੀ ਵਰਖਾ, ਬਰਕਤ ਹੋਏ ਸਭ ਜੀਵਨ ਹਰਖਾ। ਕਹਿੰਦੇ ਕੀਰਤਨ ਐਸੀ ਚੀਜ਼ ਹੁੰਦੀ ਹੈ ਕਿ ਜਿਸ ਤਰ੍ਹਾਂ ਮੋਹਲੇ ਧਾਰ ਮੀਂਹ ਇੱਕਦਮ ਅਸਮਾਨ ਤੋਂ ਡਿੱਗਣ ਲੱਗ ਜਾਏ, ਉਹ ਹਰੇਕ ਚੀਜ਼ ਨੂੰ ਰੋੜ ਕੇ ਲੈ ਜਾਂਦਾ, ਭਾਵ ਮਨ ਨੂੰ ਸ਼ੁੱਧ ਕਰਦਾ, ਮਨ ਨੂੰ ਟਿਕਦਾ ਹੈ। ਕੀਰਤਨ ਆਹੇ ਮੇਘ ਕੀ ਵਰਖਾ, ਬਰਖਤ ਹੋਏ ਸਭ ਜੀਵਨ ਹਰਖਾ। ਨਾਲ ਉਹ ਕਹਿੰਦੇ ਸੀ, ਸੁਣੋ ਮਹਾਨ ਕਥਾ ਕੋ ਫਲ ਹੈ, ਠਿਮਕ ਠਿਮਕ ਬੂੰਦੀ ਜਿਉਂ ਪਰ ਹੈ। ਕਹਿੰਦੇ ਠੀਕ ਆ, ਮੋਹਲੇ ਧਾਰ ਮੀਂਹ ਬੜਾ ਚੰਗਾ ਹੁੰਦਾ, ਪਰ ਕਹਿੰਦੇ ਜਿਹੜਾ ਨਿੱਕੀ ਨਿੱਕੀ ਝੜੀ ਦਾ ਮੀਂਹ ਹੈ ਨਾ, ਉਹ ਕਥਾ ਹੀ ਹੈ। ਜਿਹੜੀ ਕਥਾ ਅੰਦਰ ਹੀ ਵੜਦੀ ਜਾਂਦੀ ਹੈ, ਭਾਵ ਮੀਂਹ ਰੁੜ ਵੀ ਜਾਂਦਾ, ਆਨੰਦ ਵੱਖਰਾ, ਉਹ ਗੱਲ ਚੰਗੀ ਹੈ, ਪਰ ਕਹਿੰਦੇ ਜਿਹੜੀ ਕਥਾ ਹੁੰਦੀ ਹੈ ਨਾ, ਇਹ ਬੰਦੇ ਦੇ ਅੰਦਰ ਵੜਦੀ ਜਾਂਦੀ ਆ, ਜਿਵੇਂ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਰਹੇ, ਇਹਦਾ ਜ਼ਿਆਦਾ ਹੀ ਫਾਇਦਾ। ਤੋ ਆਪ ਜੀ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰ ਰਹੇ ਸੀ। ਮੈਂ ਹੁਣੇ ਹੁਣੇ ਆਉਂਦਾ ਹੋਇਆ, ਵੀਰ ਜੀ ਮੈਨੂੰ ਅੰਦਰ ਲੈ ਕੇ ਕਹਿਣ ਲੱਗੇ ਕੋਈ ਜਲ ਪਾਣੀ ਛਕੋ। ਉੱਥੇ ਬੈਠੇ ਨੇ ਵੀਰ ਜੀ, ਮੈਨੂੰ ਨਾਮ ਤਾਂ ਨਹੀਂ ਪਤਾ ਯਾਦ ਉਹਨਾਂ ਦਾ, ਉਹਨਾਂ ਨੇ ਮੈਨੂੰ ਹੁਕਮ ਕੀਤਾ ਕਿ ਪਰਸੋਂ ਤੁਸੀਂ ਦਰਬਾਰ ਸਾਹਿਬ ਜਿਹੜਾ ਕੀਰਤਨ ਕੀਤਾ ਉਹਦੇ ਵਿੱਚ ਤੁਸੀਂ ਸ਼ਬਦ ਪੜ੍ਹਿਆ ਸੀ, ਪ੍ਰਭ ਕੀਜਾ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ, ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗੱਲ ਲਾਵੇਂਗੇ। ਅਤੇ ਕਹਿੰਦੇ ਕਿ ਇਹ ਸ਼ਬਦ ਸਾਨੂੰ ਜ਼ਰੂਰ ਸੁਣਾਓ। ਸੋ ਇਸ ਲਈ ਆਪਾਂ ਇਸੇ ਸ਼ਬਦ ਤੋਂ ਕੀਰਤਨ ਦੀ ਰਮਤਾ ਕਰਨੀ ਹੈ। ਜੋ ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਅਰਥ ਭਾਵ ਬਖਸ਼ੇ ਨੇ ਕਿ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ। ਹਰੀ ਦੇ ਗੁਣ ਗਾਉਣੇ, ਹਰੀ ਦਾ ਨਾਮ ਜਪਣਾ, ਇਹ ਬਹੁਤ ਉੱਤਮ ਕਰਮ ਹੈ। ਅਤੇ ਆਓ ਨਾਮ ਤੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ, ਨਾਲ ਨਾਲ ਸ਼ਬਦ ਪੜ੍ਹਾਂਗੇ। ਵਾਹਿਗੁਰੂ 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 ਵਾਹਿਗੁਰੂ
मोहे तू
ਜੇ ਨਾਹੀ ਠਾਂ ਜਿਸ ਪੈ ਹਮ ਜਾਵੇਂਗੇ ਮੋਹਿ ਦੂਜੀ ਨਾਹੀ ਠਾਰ ਜਿਸ ਪੈ ਹਮ ਜਾਵੇਂਗੇ ਜੋ ਹਰ ਸਵਾਮੀ ਆਉਂਦੇ ਹੋ ਸੋਈ ਹਮ ਪਾਵੇਂਗੇ ਹਰ ਸਵਾਮੀ ਆਉਂਦੇ ਹੋ ਸੋਈ ਹਮ ਪਾਵੇਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਹਰ ਪਾਵੇਂਗੇ ਜੋ ਹਰ ਪਾਵੇ ਭਗਤ ਤਿਨਾ ਹਰ ਪਾਵੇਂਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ ਹਾਂ ਤੁਮਰੀ ਕਰੋ ਨਿਤ ਆਸ ਕਬ ਮੋਹਿ ਕਬ ਗਲ ਲਾਵੇਂਗੇ ਹਾਂ ਕਬ ਗਲ ਲਾਵੇਂਗੇ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਵਾਹਿਗੁਰੂ ਵਾਹਿਗੁਰੂ ਜਪਲੋ ਵਾਹਿਗੁਰੂ ਗੁਰੂ ਵਾਹਿਗੁਰੂ 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 ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ
ਹਰ ਆਪੇ ਹੋਏ ਕਿਰਪਾ ਆਪ ਲਿਵਲਾਵੇਂਗੇ ਜਨ ਨਾਨਕ ਸਰਣ ਦੁਆਰ ਹਰ ਲਾਜ ਰਖਾਵੇਂਗੇ ਜਨ ਹੋ ਤੁਮਰੀ ਕਰੋ ਨਿਤ ਆਸ ਤਬ ਮੋਹਿ ਤਬ ਗਲ ਲਾਵੇਂਗੇ ਲਾਵੇਂਗੇ ਪ੍ਰਭ ਕੀ ਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵੇਂਗੇ ਪ੍ਰਭ ਕੀ ਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵੇਂਗੇ ਹਮ ਹਰ ਗੁਣ ਗਾਵੇਂਗੇ ਹਮ ਹਰ ਗੁਣ ਗਾ ਸਾਧ ਸੰਗਤ ਜੀ ਸਤਨਾਮ ਸ੍ਰੀ ਵਾਹਿਗੁਰੂ ਸਤ ਸੰਗਤ ਜੀਓ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਆਪ ਜੀ ਸੁਣਦੇ ਹੋ ਇੱਕ ਤਾਂ ਇਹ ਸਵਾਲ ਜ਼ਰੂਰ ਮਨ ਵਿੱਚ ਪੈਦਾ ਹੁੰਦਾ ਹੀ ਹੋਵੇਗਾ ਕਿ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ ਐਵੇਂ ਥੋੜ੍ਹੀ ਨਾ ਮੰਗ ਕੀਤੀ ਹੈ ਕਿ ਪ੍ਰਭ ਕੀ ਜੈ ਕਿਰਪਾ ਨਿਧਾਨ ਨਿਧਾਨ ਮੈਂ ਹੁੰਦਾ ਖਜ਼ਾਨਾ ਵੱਡੀ ਕਿਰਪਾ ਸਭ ਤੋਂ ਵੱਡੀ ਜੇ ਕਿਰਪਾ ਹੈ ਉਹ ਕਰਿਆ ਜੇ ਉਹ ਕਿਹੜੀ ਹੈ ਕਿ ਮੇਰੇ ਮੂੰਹ ਵਿੱਚੋਂ ਵਾਹਿਗੁਰੂ ਤੇਰਾ ਨਾਮ ਨਿਕਲਣਾ ਸ਼ੁਰੂ ਹੋ ਜਾਏ ਜਿਸ ਦਿਨ ਜਿਸ ਵਿਅਕਤੀ ਦੇ ਮੂੰਹ ਵਿੱਚੋਂ ਵਾਹਿਗੁਰੂ ਸਿਮਰਨ ਚੱਲਦਾ ਜਾਂ ਨਿਤਨੇਮ ਬਾਣੀਆਂ ਪੂਰੀਆਂ ਹੁੰਦੀਆਂ ਇਹਦੇ ਨਾਲੋਂ ਵੱਡੀ ਕਿਰਪਾ ਹੋਰ ਕੋਈ ਹੋ ਨਹੀਂ ਸਕਦੀ ਵੱਡੀ ਕਿਰਪਾ ਬਾਕੀ ਦੁਨਿਆਵੀ ਕਿਰਪਾ ਹਨ ਉਹ ਤਕਰੀਬਨ ਹੁੰਦੀਆਂ ਹੀ ਨੇ ਪਰ ਨਾਮ ਜਪਣ ਦੀ ਨਾ ਸਭ ਤੋਂ ਵੱਡੀ ਕਿਰਪਾ ਆ ਕਿਉਂਕਿ ਆਪਾਂ ਜਦੋਂ ਅਰਦਾਸ ਵੀ ਕਰਦੇ ਹਾਂ ਨਾ ਉਹਦੇ ਵਿੱਚ ਵੀ ਵੱਡੀ ਕਿਰਪਾ ਲਿਖਿਆ ਨਾਮ ਨੂੰ ਉੱਥੇ ਲਿਖਿਆ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਤੇ ਅੱਗੇ ਕੀ ਲਿਖਿਆ ਜੀ ਦਾਨਾ ਦਾਨਾ ਸਿਰ ਮਹਿਣਾ ਸਿਰੇ ਦਾ ਦਾਨ ਸਭ ਤੋਂ ਉੱਚਾ ਦਾਨ ਕਿਹੜਾ ਨਾਮ ਦਾਨ ਵੱਡੀ ਕਿਰਪਾ ਸਭ ਤੋਂ ਵੱਡੀ ਜੇ ਕੋਈ ਮੰਗ ਹੈ ਨਾ ਸਭ ਤੋਂ ਵੱਡੀ ਜੇ ਕੋਈ ਮੰਗ ਹੈ ਉਹ ਹੈ ਨਾਮ ਦੀ ਮੰਗ ਕਰਨੀ ਬਾਕੀ ਦੁਨਿਆਵੀ ਮੰਗਾਂ ਸਭ ਛੋਟੀਆਂ ਨੇ ਜਿਹੜਾ ਕੋਈ ਆਖੇ ਰੱਬ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਣ ਕੇ ਮਹਾਰਾਜ ਮੈਨੂੰ ਨਾਮ ਜਪਾਓ ਉਹਦੇ ਵਾਸਤੇ ਸਮਝ ਲੈਣਾ ਸਭ ਤੋਂ ਵੱਡੀ ਉਹਨੇ ਅਰਦਾਸ ਕਰ ਲਈ ਹੈ ਬਾਣੀ ਦੀਆਂ ਤੁਕਾਂ ਤਾਂ ਹੋਰ ਵੀ ਬਹੁਤ ਨੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਇਹ ਸਾਰੀਆਂ ਵੱਡੀਆਂ ਮੰਗਾਂ 'ਚੋਂ ਮੰਗਾਂ ਨੇ ਭਾਈ ਸਾਹਿਬ ਜੀ ਉਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਅਤੇ ਮੈਂ ਤਾਂ ਤੁਹਾਨੂੰ ਇਹ ਸ਼ਬਦ ਪੜ੍ਹ ਕੇ ਸੁਣਾਇਆ ਇਸੇ ਸ਼ਬਦ ਵਿੱਚ ਇੱਕ ਹੋਰ ਨੁਕਤਾ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਜਿੱਥੇ ਲਿਖਿਆ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਉੱਥੋਂ ਅੱਗੇ ਇਹ ਵੀ ਗੱਲ ਨਾਲ ਲਿਖੀ ਹੈ ਕਿ ਹਾਂ ਤੁਮਰੀ ਕਰੋ ਨਿਤ ਆਸ ਕਿਹੜੀ ਆਸ ਪ੍ਰਭ ਮੋਹੇ ਕੱਬ ਗਲ ਲਾਵੇਂਗੇ ਨਾਮ ਜਪਣਾ ਇਸ ਤਰ੍ਹਾਂ ਵਾ ਜਿਵੇਂ ਪਰਮਾਤਮਾ ਦੇ ਗਲੇ ਨੂੰ ਗਲਵਕੜੀ ਪੈ ਗਈ ਹੋਵੇ ਗਲੇ ਨੂੰ ਗਲਵਕੜੀ ਪੈਣੀ ਸਮਝ ਲੈਣਾ ਅਸੀਂ ਨਾਮ ਜਦੋਂ ਜਪਦੇ ਹਾਂ ਤਾਂ ਪਰਮਾਤਮਾ ਦੇ ਨਾਲ ਗਲਵਕੜੀ ਪੈਂਦੀ ਹੈ ਤੁਸੀਂ ਪੜ੍ਹਦੇ ਹੁੰਦੇ ਹੋ ਨਾ ਆਪਾਂ ਗਲਵਕੜੀ ਕਿਉਂ ਪਾਉਣੀ ਆ ਤੁਸੀਂ ਪੜ੍ਹਦੇ ਹੁੰਦੇ ਹੋ ਹਰ ਜਨ ਰਾਖੈ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮਿੱਟੇ ਦਿਆਲ ਪੁਰਖ ਬਖਸ਼ੰਦ ਕੰਠ ਕੰਠ ਮੈਣਾ ਗਲਾ
ਪਰਮਾਤਮਾ ਜਿਹਨੂੰ ਨਾਮ ਜਪਾਉਂਦਾ ਵਾ ਇੰਜ ਆ ਜਿਵੇਂ ਕੋਈ ਗਲੇ ਨਾਲ ਗਲ ਨਾਲ ਲਾ ਕੇ ਜੱਫੀ 'ਚ ਲੈ ਕੇ ਕਿਸੇ ਨੂੰ ਮਾਫ਼ ਕਰ ਦੇਵੇ। ਕੋਈ ਗਲਤੀ ਕਰ ਪਵੇ ਨਾ ਬੰਦਾ, ਉਹ ਸੌਰੀ ਆਖ ਦੇਵੇ ਅੱਗੋਂ ਦੂਸਰਾ, ਸੌਰੀ ਆਖ ਕੇ ਅਤੇ ਬੰਦਾ ਕਹਿੰਦਾ ਚੱਲ ਆ ਯਾਰ ਛੱਡ ਪਰਾਂ, ਉਹ ਜੋ ਹੋਇਆ ਸੋ ਹੋਇਆ। ਇੱਕ ਦੂਜੇ ਦੀਆਂ ਆਪਾਂ ਕੀ ਕਰਾਉਂਦੇ ਹੁੰਦੇ ਹਾਂ, ਜੱਫੀਆਂ ਪਵਾਉਂਦੇ ਹੁੰਦੇ ਹਾਂ, ਗਲੇ ਨਾਲ ਗਲਾ ਮਿਲਦਾ। ਸਤਿ ਸੰਗਤ ਜੀ, ਪਰਮਾਤਮਾ ਜਿਸ ਨੂੰ ਬਖਸ਼ਦਾ ਨਾ, ਬਾਣੀ ਦੀ ਤੋਕਿਆ ਕੰਠ ਲਾਏ ਉਹਨੂੰ ਆਪਣੇ ਗਲ ਨਾਲ ਲਾ ਕੇ, ਅਵਗੁਣ ਸਭ ਮੇਟੇ, ਉਹਦੇ ਅੰਦਰੋਂ ਔਗਣ ਸਾਰੇ ਮਿਟਾ ਦਿੰਦਾ, ਅਤੇ ਦਇਆਲ ਪੁਰਖ ਬਖਸ਼ੰਦ, ਉਹ ਦਇਆਲੂ ਪਰਮਾਤਮਾ ਵਾਹਿਗੁਰੂ ਸਾਨੂੰ ਬਖਸ਼ ਲੈਂਦਾ। ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਵਿੱਚ, ਇਹ ਸ਼ਬਦ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਮੈਂ ਪੜ੍ਹਿਆ। ਇਹ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਜਿਹਦੇ ਵਿੱਚ ਉਹਨਾਂ ਨੇ ਆਖਿਆ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ। ਇਹਨਾਂ ਨਿਮਰਤਾ 'ਚ ਗਏ ਨੇ, ਕਹਿੰਦੇ ਹਮ ਮੁਬਾਰਕ ਮੁਗਧ ਇਆਣ, ਬਾਦਸ਼ਾਹ ਹੈ ਤਾਂ ਤੇਰੇ ਹੀ ਬੱਚੇ ਪਰ ਮੂਰਖ ਜੇ ਬੱਚੇ ਹਾਂ। ਪਿਤਾ ਸਮਝਾਵੇਂਗੇ, ਪਿਤਾ ਦੀ ਡਿਊਟੀ ਹੁੰਦੀ ਹੈ ਕਿ ਉਹ ਆਪਦੇ ਬੱਚਿਆਂ ਨੂੰ ਸਮਝਾ ਲੈਂਦੇ। ਸੁੱਤ ਖਿੰਨ ਖਿੰਨ ਭੂਲ ਵਿਗਾਰ, ਸੁੱਤ ਮੈਂ ਨਾ ਪੁੱਤਰ, ਅਸੀਂ ਤਾਂ ਪੈਰ ਪੈਰ 'ਤੇ ਗਲਤੀਆਂ ਕਰਨ ਵਾਲੇ ਹਾਂ, ਪਾਤਸ਼ਾਹ ਤੁਸੀਂ ਕਿਰਪਾਲੂ ਹੋ, ਤੁਸੀਂ ਕਿਰਪਾ ਕਰਦੇ ਹੋ। ਐਸਾ ਇਹ ਸ਼ਬਦ ਜਿਹੜਾ ਤੁਸੀਂ ਸੁਣਿਆ। ਹੁਣ ਅਗਲਾ ਸ਼ਬਦ ਆਪ ਜੀ ਸਰਵਣ ਕਰੋ, ਜੋ ਆਪਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੁਰਬ ਮਨਾ ਰਹੇ ਹਾਂ 550 ਸਾਲ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ, ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਜਿਸ ਤਰ੍ਹਾਂ ਪਿਛਲੇ ਸ਼ਬਦ ਵਿੱਚ ਨਾਮ ਜਪਣ ਦੀ ਗੱਲ ਸੀ, ਇਸ ਸ਼ਬਦ ਵਿੱਚ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਆਏ ਅਤੇ ਧਰਤੀ 'ਤੇ ਆ ਕੇ ਜਦੋਂ ਵੀ ਉਹਨਾਂ ਨੇ ਕਿਸੇ ਦਾ ਭਲਾ ਕਰਨਾ ਹੁੰਦਾ ਸੀ ਤਾਂ ਉਹਨੂੰ ਨਾਮ ਜਪਾਉਂਦੇ ਸੀ, ਉਹਦੇ ਮੁੱਖ ਵਿੱਚੋਂ ਵਾਹਿਗੁਰੂ ਕਢਾਉਂਦੇ ਸੀ। ਸਤਿਗੁਰੂ ਜੀ ਦੀ ਐਸੀ ਦਇਆ ਦ੍ਰਿਸ਼ਟੀ, ਜਿਨ੍ਹਾਂ ਜਿਨ੍ਹਾਂ ਨੂੰ ਵੀ ਉਹਨਾਂ ਨੇ ਨਾਮ ਜਪਾਇਆ, ਰਹਿੰਦੀ ਦੁਨੀਆ ਤੱਕ ਲੋਕ ਵੀ ਉਹਨਾਂ ਨੂੰ ਯਾਦ ਕਰਦੇ ਰਹਿਣਗੇ। ਸੱਜਣ ਜਿਹਨੂੰ ਅੱਜ ਵੀ ਲੋਕ ਠੱਗ ਹੀ ਕਹਿ ਦਿੰਦੇ, ਮੈਂ ਕਹਿੰਦਾ ਹੁਣ ਨਾ ਉਹਨੂੰ ਠੱਗ ਕਿਹਾ ਕਰੋ, ਹੁਣ ਤਾਂ ਸੱਜਣ ਸੰਤ ਹੀ ਆਖਿਆ ਕਰੋ। ਠੱਗ ਤਾਂ ਅਸੀਂ ਲੋਕ ਹਾਂ, ਉਹ ਤਾਂ ਗੁਰੂ ਨਾਨਕ ਜੀ ਨੂੰ ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਕ ਵਾਰ ਮਿਲ ਕੇ ਅਤੇ ਐਸੇ ਮੁਕਤ ਹੋਏ ਕਿ ਜਦ ਤੱਕ ਗੁਰੂ ਨਾਨਕ ਦੇਵ ਜੀ ਦਾ ਨਾਮ ਰਹੇਗਾ, ਇਹਨਾਂ ਭਗਤਾਂ ਦੀਆਂ ਵੀ ਨਾਲ ਨਾਲ ਗਾਥਾ ਚੱਲਦੀਆਂ ਰਹਿਣਗੀਆਂ। ਪਰ ਠੱਗ ਸਾਡੇ ਵਰਗੇ ਲੋਕ ਨੇ ਜਿਹੜੇ ਰੋਜ਼ ਗੁਰੂ ਨਾਨਕ ਦੇਵ ਜੀ ਨੂੰ ਮਿਲਦੇ ਵੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਪਰ ਠੱਗੀਆਂ ਅਸੀਂ ਅੰਦਰੋਂ ਅਜੇ ਵੀ ਨਹੀਂ ਛੱਡਦੇ। ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਨਾਮ ਜਪਾ ਕੇ ਸਿੱਧੇ ਰਸਤੇ ਪਾ ਦਿੱਤਾ। ਤਾਂ ਅੱਜ ਮੈਂ ਇਹ ਸ਼ਬਦ ਆਪ ਜੀ ਦੇ ਸਨਮੁਖ ਗਾਇਨ ਕਰ ਰਿਹਾ। ਕਲਯੁਗ ਬਾਬੇ ਤਾਰਿਆ, ਕਲਯੁਗ ਦੇ ਵਿੱਚ ਰਹਿਣ ਵਾਲੇ ਜੀਵਾਂ ਨੂੰ ਉਹਨਾਂ ਦਾ ਉਧਾਰ ਕੀਤਾ। ਕਲਯੁਗ ਬਾਬੇ ਤਾਰਿਆ ਕਾਹਦੇ ਨਾਲ, ਸਤਨਾਮ ਪੜ ਮੰਤਰ ਸੁਣਾਇਆ, ਉਹਨਾਂ ਦੇ ਕੰਨਾਂ ਵਿੱਚ ਵਾਹਿਗੁਰੂ ਗੁਰਮੰਤਰ ਪਾਇਆ। ਐਸਾ ਇਹ ਸ਼ਬਦ ਸਰਵਣ ਕਰੋ। ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਸਤਨਾਮ ਪੜ ਮੰਤਰ ਸੁਣਾਇਆ, ਸਤਨਾਮ ਪੜ ਮੰਤਰ ਸੁਣਾਇਆ, ਸਤਨਾਮ ਪੜ ਮੰਤਰ ਸੁਣਾਇਆ, ਕਲਯੁਗ ਬਾਬੇ ਤਾਰਿਆ
जग नाही पठाया। सुई पुकार दातार प्रभ गुरु नानक जग नाही पठाया। चरण तोए रह रास कर चरणामृत सिखा पिलाया। चरणामृत सिखा पिलाया, चरणामृत सिखा पिलाया। कलयुग बाबे तारिया, कलयुग बाबे तारिया। सतनाम पढ़ मंत्र सुनाया, सतनाम पढ़ मंत्र सुनाया। कलयुग बाबे तारिया, कलयुग बाबे तारिया। पार ब्रह्म पूर्ण ब्रह्म कलयुग अंदर एक दिखाया। पार ब्रह्म पूर्ण ब्रह्म पूर्ण ब्रह्म कलयुग अंदर एक दिखाया। चारे पैर धर्म दे चार वर्ण एक वर्ण पराया। चारे पैर धर्म दे चार वर्ण एक वर्ण कराया, चार वर्ण एक वर्ण कराया, चार वर्ण एक वर्ण कराया। कलयुग बाबे तारिया, कलयुग बाबे तारिया। सतनाम पढ़ मंत्र सुनाया, सतनाम पढ़ मंत्र सुनाया, सतनाम पढ़ मंत्र सुनाया, सतनाम पढ़ मंत्र सुनाया। कलयुग बाबे तारिया, कलयुग बाबे तारिया। राणा रंक बराबरी तैरी पवना जग वरताया। राणा रंक बराबरी तैरी पवना जग वरताया। उल्टा खेल रंग
खेल तिरंगा पैरों पर शीश निवाया, पैरों को पर शीश निवाया, पैरों को पर शीश निवाया, कलजुग बाबे तारिया, कलजुग बाबे सतनाम पढ़ मंत्र सुनाया, सतनाम पढ़ मंत्र सुनाया, सतनाम पढ़ मंत्र सुनाया, सतनाम पढ़ मंत्र सुनाया, कलजुग बाबे तारिया, कलजुग बाबे तारिया, कलजुग बाबे तारिया, सतनाम पढ़ मंत्र सुनाया, कल तारण गुरु नानक आया, कल तारण गुरु नानक आया, कल तारण गुरु नानक आया, कल तारण गुरु नानक आया जी, कल तारण गुरु नानक आया, कल तारण गुरु नानक आया, कलजुग बाबे तारिया, कलजुग बाबे सतनाम पढ़ मंत्र सुनाया, सतनाम पढ़ मंत्र सुनाया, सतनाम पढ़ मंत्र सुनाया, सतनाम पढ़ मंत्र सुनाया, कलजुग बाबे तारिया, कलजुग बाबे तारिया, कलजुग बाबे तारिया, प्यार नाल आखो सतसंग जी सतनाम श्री वाहिगुरु। जदों जदों भी भाई गुरदास जी दियां वारां पढ़ीए ना, ਉਹਦੇ ਵਿੱਚੋਂ ਹਰੇਕ ਵਾਰ ਨਵਾਂ ਹੀ ਨੁਕਤਾ ਆਪ ਜੀ ਨੂੰ ਲੱਭੇਗਾ। ਭਾਈ ਗੁਰਦਾਸ ਜੀ ਦੀ ਬਾਣੀ ਇਹੋ ਜਿਹੀ ਬਾਣੀ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਸਕਦਾ। ਕਵੀ ਨੰਦ ਲਾਲ ਸਾਹਿਬ ਜੀ ਦੀਆਂ ਗਜ਼ਲਾਂ ਦਾ ਕੀਰਤਨ ਦਰਬਾਰ ਸਾਹਿਬ ਹੋ ਸਕਦਾ, ਦਸਮ ਦੀ ਬਾਣੀ ਦਾ ਹੋ ਸਕਦਾ। ਇਹਦੋਂ ਇਲਾਵਾ ਹੋਰ ਕੋਈ ਕੀਰਤਨ ਦੀ ਆਗਿਆ ਸਾਨੂੰ ਨਹੀਂ ਹੈ। ਪਰ ਇਹ ਵੇਖੋ, ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਨਾਲ ਅੱਗੇ ਕਹਿ ਦਿੱਤਾ ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਆਏ ਹੀ ਇਸ ਕਰਕੇ ਸੀ ਕਿ ਮੈਂ ਕਲਯੁਗ ਦੇ ਵਿੱਚ ਲੋਕਾਂ ਦਾ ਉਧਾਰ ਕਰਕੇ ਆਵਾਂ। ਕਲ ਤਾਰਨ, ਕਲ ਮੈਂ ਕਲਯੁਗ, ਕਲਯੁਗ ਦੇ ਜੀਵ ਜਿੰਨੇ ਵੀ ਨੇ, ਜਦੋਂ ਆਪਾਂ ਇਸ ਸ਼ਬਦ ਦੀ ਸਭ ਤੋਂ ਪਹਿਲੀ ਪੰਕਤੀ ਵੱਲ ਧਿਆਨ ਮਾਰਦੇ ਹਾਂ, ਉੱਥੇ ਇਹ ਕੁਐਸਚਨ ਨਾਲ ਹੀ ਕੀਤਾ ਦੱਸਿਆ ਜਾਂਦਾ, ਕਹਿੰਦੇ ਸੁਣੀ ਪੁਕਾਰ
ਪਹਿਲਾਂ ਕਿਸੇ ਨੇ ਆਵਾਜ਼ ਮਾਰੀ ਸੀ ਗੁਰੂ ਨਾਨਕ ਦੇਵ ਜੀ ਨੂੰ, ਸੁਣੀ ਪੁਕਾਰ, ਧਰਤੀ ਨੇ ਪੁਕਾਰ ਕੀਤੀ ਸੀ ਕਿ ਆ ਜਾਓ ਹੁਣ, ਤੁਹਾਡੇ ਆਉਣ ਤੋਂ ਬਿਨਾਂ ਮੇਰਾ ਕੰਮ ਨਹੀਂ ਚੱਲਦਾ। ਸੁਣੀ ਪੁਕਾਰ ਗੁਰੂ ਨਾਨਕ ਦੇਵ ਜੀ ਨੇ ਉਹ ਅਰਦਾਸ ਸੁਣੀ ਤੇ ਫਿਰ ਆਪ ਆਉਣ ਦਾ ਪ੍ਰੋਗਰਾਮ ਉਲੀਕਿਆ ਧਰਤੀ ਉੱਤੇ। ਉਸ ਦਾ ਵਿਸ਼ਲੇਸ਼ਣ ਬਾਣੀ ਵਿੱਚੋਂ ਇਸ ਤਰ੍ਹਾਂ ਵੀ ਮਿਲਦਾ ਭਈ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਕਹਿੰਦੇ ਜਦੋਂ ਧਰਤੀ ਦੀ ਪੁਕਾਰ ਪਰਮਾਤਮਾ ਨੇ ਸੁਣੀ, ਉਸ ਦਿਨ ਉਹਨੇ ਸੁਣ ਸਮਝ ਲਿਆ ਕਿ ਹੁਣ ਸਰੀਰ ਧਾਰਨਾ ਪੈਣਾ, ਹੁਣ ਮਨੁੱਖੀ ਜਾਮਾ ਲੈ ਕੇ ਖੁਦ ਨੂੰ ਜਾਣਾ ਪੈਣਾ ਆਪ, ਤੇ ਉਹਨਾਂ ਦਾ ਨਾਮ ਸੀ ਗੁਰੂ ਨਾਨਕ ਦੇਵ ਮਹਾਰਾਜ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈ ਸਰੀਰ ਸੀ, ਮਨੁੱਖਾ ਸਰੀਰ ਸੀ, ਵਿਚਰੇ ਸਰੀਰ ਕਰਕੇ। ਹੈਰਾਨੀ ਇੱਕ ਗੱਲ ਦੀ ਮੈਨੂੰ ਹੋਰ ਵੀ ਹੁੰਦੀ ਆ ਕਿ ਗੁਰੂ ਨਾਨਕ ਦੇਵ ਜੀ ਜਦੋਂ ਸੰਸਾਰ ਤੋਂ ਪਿਆਨਾ ਕਰਦੇ ਨੇ, ਸਾਰੇ ਮਨੁੱਖਾਂ ਦਾ ਸੰਸਕਾਰ ਹੁੰਦਾ ਜਾਂ ਉਹਨਾਂ ਨੂੰ ਦਫਨਾਇਆ ਜਾਂਦਾ ਜਾਂ ਕੁਝ ਹੋਰ ਕੀਤਾ ਜਾਂਦਾ, ਪਰ ਜੋ ਇਤਿਹਾਸ ਦੇ ਮੁਤਾਬਕ ਆ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਚਾਦਰ ਦੇ ਥੱਲਿਓਂ ਲੱਭਾ ਨਹੀਂ, ਇਹੀ ਇਤਿਹਾਸ ਹੈ। ਜੇ ਆਮ ਸਰੀਰ ਹੁੰਦਾ ਤਾਂ ਫਿਰ ਜ਼ਰੂਰ ਲੱਭ ਜਾਂਦਾ। ਇਹ ਗੱਲ ਮਸਕੀਨ ਸਾਹਿਬ ਜੀ ਨੇ ਸੁਣਾਈ ਹੈ ਰਿਕਾਰਡਿੰਗ ਦੇ ਵਿੱਚ ਕਿ ਸਰੀਰ ਜਦੋਂ ਲੱਭਾ ਨਹੀਂ ਤਾਂ ਦੋ ਧਰਮ ਲਾੜੀ ਪਏ, ਹਿੰਦੂ ਅਤੇ ਮੁਸਲਮਾਨ, ਵੀ ਇਹ ਸਾਡਾ ਗੁਰੂ ਹੈ, ਸਾਡਾ ਗੁਰੂ ਹੈ। ਅਤੇ ਫੈਸਲਾ ਇੱਥੇ ਨਿਬੜਿਆ ਵੀ ਚੱਲ ਜਿਹੜੀ ਗੁਰੂ ਨਾਨਕ ਦੇਵ ਜੀ ਉੱਤੇ ਚਾਦਰ ਪਾਈ ਸੀ ਨਾ, ਜਿੱਥੋਂ ਅਲੋਪ ਹੋ ਗਏ ਨੇ, ਉਹ ਹੀ ਅੱਧੀ ਅੱਧੀ ਵੰਡ ਲਓ। ਜਿੱਥੇ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ, ਉੱਥੇ ਦੀ ਘਟਨਾ ਹੈ ਇਹ ਸਾਰੀ। ਤਾਂ ਮੈਂ ਆਪ ਜੀ ਨੂੰ ਇਹ ਬਾਣੀ ਦਾ ਨੁਕਤਾ ਸੁਣਾ ਰਿਹਾ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਆਏ ਵੀ, ਮਨੁੱਖਾ ਸਰੀਰ ਵੀ ਲਿਆ, ਲੋਕਾਂ ਦਾ ਉਧਾਰ ਵੀ ਕੀਤਾ, ਤੇ ਜਾਣ ਲੱਗਿਆ ਮਨੁੱਖਾਂ ਵਾਂਗੂ ਅੰਤ ਨਹੀਂ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ 'ਚ ਜੋ ਕੁਝ ਇਤਿਹਾਸ ਕਹਿੰਦਾ ਮੈਂ ਉਹ ਆਪ ਜੀ ਨੂੰ ਦੱਸ ਰਿਹਾ, ਹਾਲਾਂਕਿ ਮੈਂ ਉਸ ਗੱਲ ਦਾ ਮੌਕੇ ਦਾ ਗਵਾਹ ਨਹੀਂ ਹਾਂ। ਪਰ ਜੋ ਸਾਡੇ ਵੱਡੇ ਵਡੇਰਿਆਂ ਨੇ ਲਿਖਿਆ ਜਾਂ ਜੋ ਸੁਣਾਇਆ, ਉਹ ਪੱਥਰ 'ਤੇ ਲੀਕ ਸੱਚ ਹੈ, ਝੂਠ ਨਹੀਂ ਹੈ। ਇਸ ਸ਼ਬਦ ਦੇ ਵਿੱਚ ਇੱਕ ਹੋਰ ਨੁਕਤਾ ਬਹੁਤ ਹੀ ਪਿਆਰਾ ਦੱਸ ਕੇ ਫਿਰ ਮੈਂ ਅੱਗੇ ਸ਼ਬਦ ਪੜ੍ਹਾਂਗਾ। ਕਹਿੰਦੇ ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜੱਗ ਵਰਤਾਇਆ। ਪਹਿਲਾਂ ਲੋਕ ਇੱਕ ਦੂਜੇ ਦਾ ਸਤਿਕਾਰ ਇਸ ਤਰ੍ਹਾਂ ਨਹੀਂ ਸੀ ਕਰਦੇ ਹੁੰਦੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਰਨ ਵਾਸਤੇ ਪ੍ਰੇਰਿਆ ਵੀ ਲੋਕੋ ਇੱਕ ਦੂਜੇ ਨਾਲ ਪਿਆਰ ਨਾਲ ਰਿਹਾ ਕਰੋ, ਕਿਤੇ ਨਿਮਰਤਾ ਵੀ ਰੱਖੋ, ਥੋੜ੍ਹੀ ਬਹੁਤ ਕਿਸੇ ਦੀ ਗੱਲ ਸੁਣਿਆ ਵੀ ਕਰੋ। ਅਤੇ ਫਿਰ ਵੇਖਿਆ ਜੇ ਅਜੇ ਵੀ ਲੋਕ ਨਹੀਂ ਸਮਝਦੇ ਤਾਂ ਗੁਰੂ ਨਾਨਕ ਦੇਵ ਜੀ ਨੇ ਐਸੀ ਖੇਲ ਵਰਤਾ ਦਿੱਤੀ, ਕਹਿੰਦੇ ਉਲਟਾ ਖੇਲ ਪਰਮ ਦਾ ਪੈਰੀ ਪਵਣਾ, ਪੈਰਾਂ ਉੱਪਰ ਸੀਸ ਨਵਾਇਆ। ਜਦ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਐਸਾ ਸੰਦੇਸ਼ ਦੇਣਾ ਸੀ ਨਾ ਕਿ ਕਿਸੇ ਅੱਗੇ ਝੁਕੀਦਾ ਵੀ ਹੈ, ਤਾਂ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ, ਭਾਈ ਲਹਿਣਾ ਜੀ ਨੂੰ, ਜਿਹੜੇ ਪਹਿਲਾਂ ਭਾਈ ਲਹਿਣਾ ਜੀ ਸੀਗੇ, ਜਦੋਂ ਉਹ ਗੁਰੂ ਅੰਗਦ ਸਾਹਿਬ ਬਣਦੇ ਆ, ਤਾਂ ਸਭ ਤੋਂ ਪਹਿਲਾਂ ਉਹਨਾਂ ਦੀਆਂ ਪਰਿਕਰਮਾ ਕਰਕੇ ਉਹਨਾਂ ਦੇ ਚਰਨਾਂ ਦੇ ਉੱਤੇ ਲੋਕਾਂ ਦੇ ਸਾਹਮਣੇ ਆਪ ਮੱਥਾ ਟੇਕ ਦਿੱਤਾ, ਤਾਂ ਕਿ ਲੋਕਾਂ ਨੂੰ ਇਹ ਮੈਸੇਜ ਚਲੇ ਜਾਏ ਕਿ ਗੁਰੂ ਨਾਨਕ ਦੀ ਜੋਤ ਤਬਦੀਲ ਹੋ ਕੇ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿੱਚ ਨਿਵਾਸ ਕਰ ਚੁੱਕੀ ਹੈ, ਅਤੇ ਹੁਣ ਸਾਨੂੰ ਵੀ ਉਹਨਾਂ ਨੂੰ ਉੱਦਾਂ ਹੀ ਮੱਥਾ ਟੇਕਣਾ। ਇਹ ਇਸ ਸ਼ਬਦ ਦੀਆਂ ਪੰਕਤੀਆਂ ਜਿਹੜੀਆਂ ਮੈਂ ਤੁਹਾਨੂੰ ਦੁਬਾਰਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇੱਕ ਬੰਨਿਓ ਨਹੀਂ ਤਾਰਿਆ, ਸਾਰੇ ਹੀ ਬੰਨਿਆਂ ਤੋਂ ਲੋਕਾਂ ਨੂੰ ਜਿਉਣਾ ਸਿਖਾਇਆ। ਉਸ ਸਮੇਂ ਦੇ ਕੁਝ ਲੋਕ, ਧਰਮੀ ਲੋਕ, ਕੰਮ ਕਾਰ ਛੱਡ ਕੇ ਲੋਕਾਂ ਨੂੰ ਕਹਿੰਦੇ ਸੀ ਇਸ ਤਰ੍ਹਾਂ ਧਰਮੀ ਬਣਿਆ ਜਾਂਦਾ। ਗੁਰੂ ਨਾਨਕ ਦੇਵ ਜੀ ਨੇ ਇੱਦਾਂ ਦਾ ਭਲਾ ਲੋਕਾਂ ਦਾ ਕੀਤਾ, ਆਪ ਹਲਵਾ ਕੇ ਲੋਕਾਂ ਨੂੰ ਦੱਸਿਆ ਵੀ ਪਹਿਲਾਂ ਕਿਰਤ ਕਰੋ, ਫਿਰ ਤੁਸੀਂ ਨਾਮ ਜਪੋ। ਜਦੋਂ ਤੁਸੀਂ ਨਾਮ ਜਪੋਗੇ ਨਾ, ਤਾਂ ਫਿਰ ਵੰਡ ਕੇ ਛਕਣ ਦੀ ਆਦਤ ਆਪੇ ਹੀ ਪੈ ਜਾਏਗੀ। ਇਹ ਤਿੰਨ ਫਲਸਫੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ੇ। ਤਾਂ ਆਓ ਭਾਈ ਸਾਹਿਬ, ਭਾਈ ਸਿਮਰਨਜੀਤ ਸਿੰਘ ਜੀ ਅਤੇ ਭਾਈ ਗੁਰਦੀਪ ਸਿੰਘ ਜੀ ਪਹੁੰਚ ਗਏ ਨੇ, ਉਹਨਾਂ ਦੇ ਸਮਾਂ ਅੱਗੋਂ ਹੈ,
ਮੈਨੂੰ ਜੋ ਹੁਕਮ ਹੋਇਆ ਸੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਹੰਡਾਏ, ਇਹ ਪੜ੍ਹ ਕੇ ਹੀ ਸਮਾਪਤੀ ਕਰਨੀ ਹੈ, ਇਹ ਵੀ ਹੁਕਮ ਨਾਲ ਹੀ ਹੋ ਗਿਆ ਸੀ, ਤਾਂ ਇਸ ਲਈ ਮੈਂ ਇਹ ਸ਼ਬਦ ਪੜ੍ਹ ਕੇ ਅਤੇ ਫਿਰ ਸਮਾਪਤੀ ਕਰ ਦੇਣੀ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸਾਂ ਕਿ ਇਹ ਜਿਹੜੀ ਬਾਣੀ ਹੈ ਇਹਨੂੰ ਵਾਰ 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 ਸਾਨੂੰ ਪੜ੍ਹਨਾ ਚਾਹੀਦਾ। ਜਦੋਂ ਆਪਾਂ ਇਹਨਾਂ ਨੂੰ ਵਾਰ ਵਾਰ ਪੜ੍ਹਾਂਗੇ ਨਾ, ਹਰ ਵਾਰ ਕੋਈ ਨਾ ਕੋਈ ਨਵੀਂ ਚੀਜ਼ ਤੁਹਾਡੇ ਸਾਹਮਣੇ ਮਹਾਰਾਜ ਨੇ ਆਪ ਤੁਹਾਨੂੰ ਬਖਸ਼ਿਸ਼ ਕਰ ਦੇਣੀ ਹੈ। ਪਰ ਉਸ ਨੂੰ ਹੋਣੀ ਹੈ ਜਿਹਦੀ ਮੰਗ ਵਿੱਚ ਇਹ ਹੈ ਸ਼ਾਮਿਲ ਕਿ ਮਹਾਰਾਜ ਮੈਨੂੰ ਕੋਈ ਸੋਝੀ ਮਿਲੇ, ਮੈਂ ਪਾਠ ਤਾਂ ਕਰ ਰਿਹਾ ਵਾਂ, ਮੈਨੂੰ ਕੋਈ ਇਹਦੇ ਵਿੱਚੋਂ ਰਸ ਪ੍ਰਾਪਤ ਹੋਵੇ। ਜਿਸ ਨੂੰ ਪੈ ਗਈ ਹੈ ਬੱਲੇ 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 ਬੱਲੇ, ਤਿੰਨ ਤਿੰਨ ਹੋ ਗਏ, ਸਤਸੰਗ ਜੀ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਰਵਣ ਕਰੋ ਇਹ ਸ਼ਬਦ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਫਰੀਦਾ ਬੁਰੇ ਦਾ ਭਲਾ ਕਰ, ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਮਨ ਨਾ ਹੰਡਾਏ, ਫਰੀਦਾ ਬੁਰੇ ਦਾ ਭਲਾ ਕਰ, ਸਭ ਕਿਛ ਪਾਏ, ਪੱਲੇ ਸਭ ਕਿਛ ਪਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ, ਪੱਲੇ ਸਭ ਕਿਛ ਪਾਏ, ਦੇਹੀ ਰੋਗ ਨਾ ਲੱਗੇ, ਸਭ ਕਿਛ ਪਾਏ, ਪੱਲੇ ਸਭ ਕਿਛ ਪਾਏ, ਫਰੀਦਾ ਬੁਰੇ ਦਾ ਭਲਾ ਕਰ, ਜੋ ਤੈ ਮਾਰਨ ਮੁਖੀਆ ਤਿੰਨਾ ਨਾ ਮਾਰੇ ਖੁੰਨਾ, ਤਿੰਨਾ ਨਾ ਮਾਰੇ ਖੁੰਨਾ, ਆਪਣੇ ਘਰ ਜਾਈਏ, ਆਪਣੇ ਘਰ ਜਾਈਏ, ਆਪਣੇ ਘਰ ਜਾਈਏ, ਆਪਣੇ ਘਰ ਜਾਈਏ,
ਦੇ ਤੁਮ ਪੈਰ ਤਿਨਾ ਦੇ ਤੁਮ ਫਰੀਦਾ ਬੁਰੇ ਦਾ ਭਲਾ ਸੇਵਾ ਕਰਨ ਵਾਲੇ ਜੋੜਾ ਘਰ ਵਿੱਚ ਜਦੋਂ ਦਾਸ ਜੋੜਾ ਲਾ ਰਿਹਾ ਸੀ ਉਹਨਾਂ ਨੇ ਉੱਥੇ ਹੀ ਖੜੇ ਹੋ ਕੇ ਸਾਨੂੰ ਹੁਕਮ ਲਾਇਆ ਕਿ ਇਹ ਸ਼ਬਦ ਤੁਸੀਂ ਜ਼ਰੂਰ ਪੜ੍ਹਨਾ। ਜੋੜਾ ਘਰ ਦੀ ਸੇਵਾ ਵੀ ਜਿਹੜੀ ਹੈ ਨਾ ਇਹ ਵੀ ਬੜੀ ਵੱਡੀ ਸੇਵਾ ਹੈ। ਸਾਡੇ ਘਰਾਂ ਵਿੱਚ ਸਾਡੇ ਪੈਰ ਦੀ ਉਹ ਜੁੱਤੀ ਹੁੰਦੀ ਹੈ, ਆਪਾਂ ਕਹਿੰਦੇ ਲਿਆਓ ਜੀ ਜੁੱਤੀ ਫੜਾਓ, ਅਤੇ ਜਦੋਂ ਉਹ ਗੁਰਦੁਆਰੇ ਆ ਜਾਂਦੀ ਹੈ ਨਾ ਉਹਨੂੰ ਫਿਰ ਜੁੱਤੀ ਨਹੀਂ ਕੋਈ ਕਹਿੰਦਾ, ਕਹਿੰਦਾ ਜੋੜਾ ਫੜਾਓ।
ਕਿਉਂਕਿ ਗੁਰੂ ਦੇ ਨਾਲ ਜੋੜਨ ਦੇ ਕੰਮ ਆਉਂਦਾ। ਰਸਤੇ ਵਿੱਚ ਕੱਖ ਕੰਡੇ ਤੋਂ ਬਚਾ ਕੇ ਗੁਰੂ ਦੇ ਨਾਲ ਜੋੜਨ ਦੇ ਵਿੱਚ ਸਹਾਈ ਹੁੰਦਾ, ਉਹਨੂੰ ਜੋੜਾ ਕਹਿੰਦੇ ਨੇ। ਸਤਸੰਗ ਜੀ, ਜੋੜਨ ਵਾਲਾ ਘਰ ਮਹਿਰਮੰਦਰ ਸਾਹਿਬ, ਬਹੁਤ ਉਹਨਾਂ ਲੋਕਾਂ ਨੂੰ ਉੱਥੇ ਸੇਵਾ ਕਰਦਿਆਂ ਵੇਖਦਾ ਵਾਂ ਜਿਹੜੇ ਬਹੁਤ ਉੱਚੇ ਉੱਚੇ ਅਹੁਦਿਆਂ 'ਤੇ ਪਹੁੰਚ ਗਏ ਆ, ਬਹੁਤ ਉੱਚੇ ਉੱਚੇ ਅਹੁਦਿਆਂ 'ਤੇ ਜਿਹੜੇ ਪਹੁੰਚੇ ਆ ਨਾ, ਉਹਨਾਂ ਦੇ ਵਿੱਚੋਂ ਹੀ ਅੰਮ੍ਰਿਤਸਰ ਸਾਹਿਬ ਦਾ ਇੱਕ ਪੁਲਿਸ ਕਮਿਸ਼ਨਰ ਆ, ਪੂਰਾ ਨਾਮ ਉਹਨੂੰ ਉਹਦਾ ਭੁੱਲ ਗਿਆ, ਉਹਨੂੰ ਔਲਖ ਕਹਿੰਦੇ ਨੇ, ਔਲਖ ਸਾਹਿਬ ਆ, ਜਤਿੰਦਰਪਾਲ ਸਿੰਘ। ਵੈਰੀ ਗੁੱਡ ਭਾਈ ਜਤਿੰਦਰਪਾਲ ਸਿੰਘ, ਔਲਖ ਪੁਲਿਸ ਕਮਿਸ਼ਨਰ ਨੇ। ਦਿਨ ਵੇਲੇ ਉਹਨਾਂ ਨੂੰ ਸਲਿਊਟ ਵੱਜ ਰਹੇ ਹੁੰਦੇ ਨੇ, ਅਤੇ ਤੜਕੇ 3 ਵਜੇ ਉਹ ਬੰਦਾ ਜੋੜਾ ਘਰ 'ਚ ਇੱਦਾਂ ਹੱਥ ਜੋੜ ਕੇ ਖਲੋਤਾ ਹੁੰਦਾ ਰੋਜ਼ ਨਿਤਾ ਪ੍ਰਤ, ਕੋਈ ਪਛਾਣ ਨਹੀਂ ਸਕਦਾ ਵੀ ਉਹ ਪੁਲਿਸ ਕਮਿਸ਼ਨਰ ਹੋਏਗਾ। ਤਾਂ ਇਹ ਮੈਂ ਬੇਨਤੀ ਕਰਾਂ ਵੀ ਜੋੜਾ ਘਰ ਦੀ ਵੀ ਸੇਵਾ ਜਿਹੜੀ ਹੈ ਬੜੀ ਵੱਡੀ ਹੈ, ਲੰਗਰ ਪਕਾਉਣ ਦੀ ਵਰਤਾਉਣ ਦੀ ਸੇਵਾ ਬੜੀ ਵੱਡੀ ਹੈ। ਅੱਜ ਸਾਨੂੰ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਸਿਮਰਨ ਅਤੇ ਸੇਵਾ, ਇਹ ਦੋ ਚੀਜ਼ਾਂ ਸਾਡੇ ਪਰ ਨੇ, ਸਾਡੇ ਖੰਭ ਨੇ। ਜੇ ਦੋਵੇਂ ਬਰਾਬਰ ਚੱਲਣ ਤਾਂ ਪੰਛੀ ਬਰਾਬਰ ਉੱਡ ਸਕਦਾ, ਆਕਾਸ਼ ਵਿੱਚ ਅਡਾਰੀਆਂ ਲਾ ਸਕਦਾ। ਪਰ ਅੱਜ ਬਹੁਤ ਲੋਕ ਇਹੋ ਜਿਹੇ ਵੀ ਨੇ ਜਿਹੜੇ ਸੇਵਾਵਾਂ 'ਤੇ ਸਿਮਰਨ 'ਤੇ ਬੜਾ ਕਟਾਕਸ਼ ਕਰ ਰਹੇ ਨੇ। ਜਿਸ ਵਾਹਿਗੁਰੂ ਵਾਹਿਗੁਰੂ ਕਰਦਿਆਂ ਕੀ ਹੁੰਦਾ ਜੀ, ਹੁੰਦਾ ਹੀ ਕੱਖ ਨਹੀਂ, ਐਵੇਂ 2-4 ਕਿਤਾਬਾਂ ਪੜ੍ਹ ਕੇ, ਨਾ ਉਹਨਾਂ ਨੇ ਆਪ ਜਪਿਆ ਅਤੇ ਨਾ ਕਿਸੇ ਨੂੰ ਜਪਣ ਦੇਣਾ, ਅਤੇ ਨਾਲ ਹੀ ਉਹ ਕਹਿੰਦੇ ਸੇਵਾ ਹੁੰਦੀ ਕੀ ਹੈ, ਸੇਵਾ 'ਤੇ ਹੈ ਹੀ ਕੱਖ ਨਹੀਂ, ਕਿਉਂਕਿ ਆਪ ਉਹਨਾਂ ਨੇ ਕੀਤੀ ਨਹੀਂ ਹੈ, ਅਤੇ ਸੇਵਾ ਦੇ ਰਸ ਦਾ ਪਤਾ ਵੀ ਕਿਵੇਂ ਲੱਗਣਾ। ਖੈਰ, ਮੇਰਾ ਹੁਣ ਸਮਾਂ ਹੋ ਗਿਆ, 10 ਮਿੰਟ ਲੇਟ ਸ਼ੁਰੂ ਹੋਇਆ ਸੀ ਕੀਰਤਨ, ਹੁਣ ਪੂਰਾ 1 ਘੰਟਾ ਹੋ ਗਿਆ। ਜਦੋਂ ਕਦੀ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਧਰਨਾ ਹੋਊਗਾ ਨਾ, ਸੁਖਮਣੀ ਸਾਹਿਬ ਦੀ ਬਾਣੀ 'ਚੋਂ ਉਹ ਇੱਕ ਪਦਾ ਪੜ੍ਹ ਲੈਣਾ ਜਿਹਦੇ ਵਿੱਚ ਆਉਂਦਾ, 4 ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ, ਜੇ ਕੋ ਆਪਣਾ ਦੁੱਖ ਮਿਟਾਵੇ ਉਹ ਕੀ ਕਰੇ ਹਰ ਹਰ ਨਾਮ ਹਿਰਦੇ ਸਦ। ਇਹ ਤਾਂ ਸਿੱਧਾ ਸਿੱਧਾ ਐਲਾਨ ਗੁਰੂ ਸਾਹਿਬ ਜੀ ਨੇ ਕੀਤਾ ਵਾ ਵੀ ਜਿਹਨੂੰ ਜਿਹਨੂੰ ਜੋ ਚਾਹੀਦਾ ਉਹ ਇੱਦਾਂ ਇੱਦਾਂ ਕਰੀ ਜਾਇਆ ਜਾਏ, ਜਿਹੜੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਸੁਖਮਣੀ ਸਾਹਿਬ ਪੜ੍ਹੋ ਜਾਂ ਦੂਜੀ ਬਾਣੀ ਪੜ੍ਹੋ, ਸੋਚੋ ਵਿਚਾਰੋ, ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰੂ ਜੀ ਦੀ ਬਾਣੀ ਦੇ ਵਿੱਚ ਹਨ। ਪਰ ਅਸੀਂ ਹੁਣ ਆਪ ਕੋਸ਼ਿਸ਼ ਨਹੀਂ ਕਰਦੇ, ਇਸ ਕਰਕੇ ਸਾਨੂੰ ਲੋਕ ਗੁੰਮਰਾਹ ਕਰ ਜਾਂਦੇ ਨੇ। ਸੋ ਮੇਰੇ ਵੱਲੋਂ ਭੁੱਲਾਂ ਦੀ ਖਿਮਾ, ਬਹੁਤ ਸਤਿਕਾਰਯੋਗ ਜਥਾ ਆਪ ਜੀ ਦੇ ਸਾਹਮਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਹੁੰਚਿਆ, ਆਪ ਸੰਗਤਾਂ ਨੇ ਉਹਨਾਂ ਨੂੰ ਸਰਵਣ ਕਰਕੇ ਜਾਣਾ। ਵੇਖੋ ਆਉਣ ਲੱਗਿਆਂ 8-9 ਘੰਟੇ ਲੱਗਦੇ ਨੇ, ਕੀਰਤਨ 1-1.5 ਘੰਟਾ ਹੁੰਦਾ, ਫਿਰ 8-9 ਘੰਟੇ ਅਸੀਂ ਵਾਪਸ ਜਾਣਾ ਹੁੰਦਾ। ਇੰਨੇ ਘੰਟਿਆਂ ਦੇ ਸਫ਼ਰ ਕਰਨ ਤੋਂ ਬਾਅਦ ਵੀ ਤੁਹਾਡੇ ਸਾਹਮਣੇ ਉਹ ਸਟੇਜ 'ਤੇ ਬੈਠੇ ਰਹਿੰਦੇ ਨੇ, ਪਰ ਕਈ ਸੰਗਤਾਂ ਦਵਾ ਦਵ ਕਾਹਲੀਆਂ ਪੈ ਜਾਂਦੀਆਂ ਵੀ ਜਲਦੀ ਉੱਠ ਜਾਈਏ ਜੀ। ਆਪ ਸੋਚਿਆ ਕਰੋ ਵੀ ਉਹ ਕਿੰਨਾ ਟਾਈਮ ਦੇ ਕੇ ਸਾਨੂੰ ਇੱਥੇ ਪਹੁੰਚੇ ਨੇ, ਅਤੇ ਆਪਾਂ ਵੀ 1 ਘੰਟਾ ਟਿਕ ਕੇ ਬਹਿ ਕੇ ਸੁਣੀਏ। ਸੋ ਅਗਲੇ ਸਮਾਗਮ ਦਾ ਆਨੰਦ ਮਾਣੋ। ਮੈਂ ਸਾਨੀ ਪਰਿਵਾਰ ਜੀ ਦਾ ਔਰ ਗੁਰਦੁਆਰਾ ਸਾਹਿਬ ਜੀ ਦੀ ਸਾਰੀ ਸਮੁੱਚੀ ਕਮੇਟੀ, ਸਮੁੱਚੇ ਸੇਵਾਦਾਰ ਸਿੰਘ ਸਾਹਿਬਾਨ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਮੌਕਾ ਬਖਸ਼ਿਆ ਜੀ। ਭੁੱਲਾਂ ਦੀ ਮਾਫ਼ੀ ਬਖਸ਼ੋ, ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮ